आ जिहड़े महल्ले दे विच मैं जा रहा सी अपनी मिसिज नूं लैण मल्ला फेदियां तों, क्योंकि उह ड्यूटी करदे आ, पहलां छड्ड के आया सी ते आंदे आंदे सोचिया इत्थे सारे इकट्ठे हो रहे आ, मैं इह सोच लिया कि नाली दा कोई रौला रूला पैंदा आ इत्थे ते, पर इत्थे ते आ जिहड़ा हैगा जी इहनूं कहिंदे बाबा अदलियाणा रोड, उहदे नाल जिहनूं इहनूं इक खूह कहिड़ा कहिंदे हुंदे सी इहनूं द्वार, चलो आ जिहड़ा बाबा अदलियाणे दे रस्ते विच ना राणा डाकिया नूं तां सारे जाणदे ही आ, उहदे घर दे कोल इक पिप्पल आ, उत्थे जिहड़ा खूह आ उहदे अंदर नूं जिहड़ी गली आ, मैं सोचिया भी इत्थे कोई घसमान पै गया, सानूं खबर मिली आपां आ गए, पर जदों इत्थे आए तां इहनां ने देखदे आ की गलबात आ। हांजी सारिआं नूं सति श्री अकाल, कल्ले कल्ले एक मिनट मेरी गल सुणो, इह तुसीं इस महल्ले च रहिंदे आ, की गल कहना चाहने आ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਸਾਡੀ ਗਲੀ ਬਣਨੀ ਚਾਹੀਦੀ ਆ ਬਸ। ਕਿੰਨੇ ਸਾਲ ਹੋ ਗਏ? ਕਿੰਨੇ ਸਾਲ ਹੋ ਗਏ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਬਾਅਦ 'ਚ ਆਈ ਇੱਥੇ, ਹੋ ਗਏ ਤਾਂ ਬਹੁਤ ਪੁਰਾਣੀ, ਬਹੁਤ 40 ਸਾਲ ਤਾਂ ਹੋ ਗਿਆ ਹੁਣੇ ਬਸ ਦੇ, 40 ਤਾਂ ਵੀ ਵੱਧਦਾ ਹੀ ਹੋ ਗਿਆ ਕੰਮ, ਤਾਰੀਕ ਸੜਕ। ਇਹ ਜਿਹੜੀ ਗਲੀ ਆ, ਇਹ ਗਲੀ ਨਹੀਂ ਬਣਨੀ। ਦੇਖੋ ਮੈਂ ਇੱਕ ਸਾਰਿਆਂ ਨੂੰ ਹਦਾਇਤ ਕਰਦਾ, ਕੀ ਕਰਾਂ, ਕਿਸੇ ਦਾ ਨਾਂ ਨਹੀਂ ਲੈਣਾ ਕਿ ਅਸੀਂ ਉਹਨੂੰ ਕਿਹਾ ਇਹਨੂੰ ਕਿਹਾ, ਮੈਂ ਇੱਕ ਸ਼ਬਦ ਪੁੱਛਣਾ, ਅੱਜ ਤੱਕ ਜਿੰਨੇ ਵੀ ਸਰਪੰਚ ਪੰਚ ਆਏ ਚਾਹੇ ਉਹ ਕਿਸੇ ਵੀ ਪਾਰਟੀ ਦੇ ਆਏ, ਤੁਸੀਂ ਉਹ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਬਣਾਓ? ਕੀਤੀ, ਅਸੀਂ ਮਿੰਤਾ ਕੀਤੀਆਂ, ਅਸੀਂ ਮਿੰਤਾ, ਜਦੋਂ ਅਸੀਂ ਵੋਟ ਦਾ ਟਾਈਮ ਆਉਂਦਾ ਮੈਂ ਮਿੰਤਾ ਕਰਦੀ ਹਾਂ। ਫਿਰ ਵੋਟ ਜਦੋਂ ਆਉਂਦੀ ਉਦੋਂ ਸਾਰੇ ਵਾਅਦੇ ਕਰ ਲੈਂਦੇ ਆ? ਹਾਂ, ਵਾਅਦੇ ਕਰ ਲੈਂਦੇ, ਫਿਰ ਬਾਅਦ ਚ ਮੁੱਕਰ ਜਾਂਦੇ, ਕਹਿੰਦੇ ਤੁਹਾਡਾ ਕੀ ਨਾਂ ਆ? ਕੋਈ ਆਉਂਦਾ ਹੀ ਨਹੀਂ ਸਾਡੇ, ਕੋਈ ਆਉਂਦਾ ਹੀ ਨਹੀਂ ਬਾਅਦ। ਜੀ ਤੂੰ ਵੀ ਆਪਣਾ ਨਾਂ ਦੱਸ ਦੇ। ਮਿੰਦਰ ਮਿੰਦੋ ਮੇਰਾ ਨਾਂ ਆ। ਅੱਛਾ ਦੇਖੋ ਹੁਣ ਇਹ ਤੁਹਾਡੇ ਕੋਲ ਕਿੱਦਾਂ ਆਏ ਸੀਗੇ? ਇਹ ਵੀ ਵੋਟਾਂ ਨੂੰ ਆਏ ਆ ਜੀ। ਵੋਟਾਂ ਨੂੰ ਆਏ ਆ? ਹਾਂਜੀ। ਇੱਕ ਮਿੰਟ ਜੀ, ਤੁਹਾਡੇ ਵਿੱਚੋਂ ਦੇਖੋ, ਪਤਾ ਕਈਆਂ ਨੇ ਕਹਿਣਾ ਵੀ ਮੈਨੂੰ ਪਤਾ ਨਹੀਂ ਵੀ ਸਰਪੰਚ ਦਾ ਦਾਅਵੇਦਾਰ ਕੌਣ ਆ, ਮੈਂ ਜਦ ਗਰਚਿਆਂ ਵਿੱਚ ਰਹਿਣਾ ਉਹ ਤਾਂ ਮੈਨੂੰ ਪਤਾ ਹੀ ਹੈਗਾ ਕਿ ਦੋ ਸਰਪੰਚ ਖੜੇ ਹੈਗੇ ਆ, ਠੀਕ ਹੈ ਨਾ? ਅਤੇ ਜੇ ਮੈਂ ਇਹ ਕਹੂੰਗਾ ਕਿ ਜੀ ਕੌਣ ਆ, ਉਹ ਡਰਾਮਾ ਜਿਹਾ ਮੈਂ ਨਹੀਂ ਕਰਦਾ ਹੈਗਾ, ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਕੋਈ ਪਾਰਟੀਬਾਜ਼ੀ ਨਹੀਂ ਕਰਨੀ, ਕਿਸੇ ਦਾ ਨਾਮ ਨਹੀਂ ਲੈਣਾ, ਜੋ ਮੈਂ ਪੁੱਛਣਾ ਉਹ ਸਵਾਲ ਦਾ ਜਵਾਬ ਦੇਣਾ ਆ। ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਨਾਲ ਗੱਲ ਕਰ, ਕੀ ਨਾਂ ਤੁਹਾਡਾ? ਹਰਵਿੰਦਰ ਕੌਰ। ਵਾਈਫ? ਸੁਖਦੇਵ ਸਿੰਘ। ਪਿੰਡ ਆਪਣਾ ਗਰਚਾ ਜੀ? ਗਰਚਾ ਪਿੰਡ। ਤੁਸੀਂ ਕਾਹਦੇ ਉਮੀਦਵਾਰ ਇੱਥੇ ਹੋ? ਮੈਂ ਸਰਪੰਚੀ ਵਿੱਚ ਹਾਂ। ਸਰਪੰਚੀ ਵਿੱਚ? ਹਾਂਜੀ। ਤੁਸੀਂ ਹੋ ਜਾਂ ਤੁਹਾਡੇ ਘਰ ਵਾਲੇ? ਨਹੀਂ, ਮੈਂ ਹਾਂ। ਤੁਸੀਂ ਹੈ? ਹਾਂਜੀ, ਹਰਵਿੰਦਰ ਕੌਰ। ਤੁਸੀਂ ਕਿੱਦਾਂ ਸੋਚਿਆ ਕਿ ਮੈਂ ਸਰਪੰਚੀ ਵਿੱਚ ਖੜਾ? ਸੋਚਿਆ ਤਾਂ ਮੈਂ ਨਹੀਂ ਕੁਛ ਵੀ ਸੀਗਾ, ਪਿੰਡ ਵਾਲਿਆਂ ਨੇ ਸਾਰਾ ਸੋਚਿਆ। ਨਹੀਂ, ਤੁਸੀਂ ਸਾਰੇ ਪਿੰਡ ਵਾਲੇ ਹਾਮੀ ਭਰਦੇ ਕਿ ਪਿੰਡ ਵਾਲਿਆਂ ਨੇ ਕਿਹਾ ਇਹਨਾਂ ਨੂੰ? ਪਿੰਡ ਵਾਲਿਆਂ ਨੇ ਕਿਹਾ, ਹਾਂਜੀ ਹਾਂਜੀ, ਅਸੀਂ ਆਪਣੇ ਪਾਸੇ ਦਾ ਸੁਧਾਰ ਕਰਨਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਦੀਆਂ ਨਾਲੇ ਸਾਰਾ ਰਸਤੇ ਸਾਫ਼ ਹੋਣ, ਨਾਲੇ ਜਿਹੜੇ ਇਹ ਘਰ ਆ ਇਹਨਾਂ ਨੂੰ ਵੀ ਪਾਣੀ। ਨਹੀਂ ਦੇਖੋ, ਇੱਥੇ ਤਾਂ ਨਾ ਇੱਦਾਂ ਦੀ ਗੰਦਗੀ ਆ ਇਸ ਮੁਹੱਲੇ ਦੇ ਵਿੱਚ ਕਿ ਮੈਂ ਕਹਿੰਦਾ 40 ਸਾਲ ਦੇ ਵਿੱਚ ਜੇ ਇਹੀ ਸਾਫ਼ ਹੋ ਗਏ ਤਾਂ ਪਿੰਡ ਦਾ ਵਿਕਾਸ ਹੋ ਗਿਆ। ਵਿਕਾਸ ਹੋ ਗਿਆ, ਬਸ ਜਿਹੜੇ ਇਹ ਘਰ ਆ ਇਹਨਾਂ ਨੂੰ ਕਿਸੇ ਨੇ ਮੋਹਰ ਕੀਤੀ ਨਹੀਂ, ਸਰਪੰਚ ਬਣੇ ਆ ਇਹਨਾਂ ਦੇ, ਇਹਨਾਂ ਦੇ ਆਪਣੇ ਬੰਦੇ ਵੀ ਸਰਪੰਚ ਬਣੇ ਆ। ਚਲੋ ਨਾਮ ਨਹੀਂ ਲੈਣਾ, ਚਲੋ ਬਣੇ ਆ ਪਰ ਬਣੇ ਆ ਇਹਨਾਂ ਦੇ ਬੰਦੇ, ਪਰ ਕੋਈ ਆਇਆ ਨਹੀਂ ਇੱਥੇ ਤੱਕ, ਆਇਆ ਨਹੀਂ ਕੋਈ ਆਉਂਦਾ। ਮੈਂ ਕਹਿੰਦਾ ਹੁਣ ਗੱਲ ਸੁਣੋ, ਅੱਜ ਤਾਂ ਸਾਰਿਆਂ ਨੇ ਆਣਾ। ਦੇਖੋ ਭੈਣ ਜੀ ਤੁਸੀਂ ਵੀ ਆਏ ਆ, ਮੇਰੀ ਗੱਲ ਸੁਣੋ, ਆਏ ਤੁਸੀਂ ਵੀ ਆ, ਅੱਜ ਤੁਸੀਂ ਵੀ ਵਾਅਦਾ ਕਰ ਜਾਣਾ। ਇਹ ਕਿੰਨਾ ਕੁ ਤੁਸੀਂ ਨਿਭਾਉਂਦੇ ਆ ਸਮੇਂ ਨੂੰ ਨਹੀਂ ਪਤਾ, ਕਿੰਨੇ ਸਰਪੰਚ ਬਣਨਾ ਕਿੰਨੇ ਪੰਚ ਬਣਨਾ। ਮੰਨ ਲਓ ਤੁਸੀਂ ਬਣੇ ਹੀ ਜਾਂਦੇ ਆ ਤਾਂ ਮੈਨੂੰ ਇਹ ਦੱਸੋ, ਫੋਕਾ ਵਾਦਾ ਇਹਨਾਂ ਨਾਲ ਕੋਈ ਕਰਕੇ ਚੱਲਿਆ ਕਿ ਪੱਕਾ? ਸਾਡੇ ਭਾਅ ਜੀ ਵਸੂਲ ਹੈ ਹੀ ਨਹੀਂ ਧੋਖੇ ਵਾਲੇ, ਨਾ ਕਿ ਧੋਖਾ ਦੇਣ ਵਾਲੇ, ਅਸਾਂ ਜੋ ਅਸੀਂ ਕਹਿੰਦੇ ਉਹੀ ਕੰਮ ਕਰਾਂਗੇ ਅਸੀਂ। ਪਹਿਲਾਂ ਮੈਨੂੰ ਪੋਸਟਰ ਦਿਖਾਓ ਕੀ ਲਿਖਿਆ ਤੁਸੀਂ? ਨਹੀਂ ਭਾਅ ਜੀ ਧੋਖਾ ਸੱਚ ਮੈਂ ਇੱਥੇ ਇੱਥੇ ਦੇਖ ਲੈਣਾ ਆ, ਨਹੀਂ ਇਹ ਕਿੰਨੇ ਕੁ ਸੱਚੇ ਕਿੰਨੇ ਕੁ ਝੂਠੇ ਮੈਂ ਇੱਥੇ ਦੇਖ ਲੈਣਾ ਹੈ। ਇਹਨੀ ਜੀ ਇਹ ਲਿਖਿਆ ਆ ਪੋਸਟਰ 'ਤੇ, ਸੂਝਵਾਨ ਵੋਟਰਾਂ ਨੂੰ ਅਪੀਲ, ਗਰਚਾ ਤੋਂ ਸਰਪੰਚ ਦੀ ਚੋਣ ਲਈ ਸਰਬ ਸਾਂਝੇ ਸਮਾਜ ਦੇ ਪੜ੍ਹੇ ਲਿਖੇ, ਮੇਰੀ ਗੱਲ ਨੂੰ ਨੋਟ ਕਰੀ ਚੱਲੋ ਮੈਂ ਜੋ ਬੋਲਦਾ, ਸਮਾਜ ਦੇ ਪੜ੍ਹੇ ਲਿਖੇ ਇਮਾਨਦਾਰ ਮਿਹਨਤੀ ਅਤੇ ਸੂਝਵਾਨ ਉਮੀਦਵਾਰ ਹਰਵਿੰਦਰ ਕੌਰ, ਪਤਨੀ ਸੁਖਦੇਵ ਸਿੰਘ, ਚੋਣ ਨਿਸ਼ਾਨ ਘੜਾ। ਕਹਿੰਦੇ ਜੀ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਤੁਸੀਂ ਕਾਮਯਾਬ ਕਰੋ। ਮੇਰੀ ਸੁਣ ਲਓ ਗੱਲ, ਮੈਂ ਸਬੂਤ ਉਸੇ ਵਕਤ ਲੈਂਦਾ ਹੁੰਦਾ। ਕੋਈ ਨਹੀਂ, ਲੈ ਲਓ ਸਬੂਤ, ਝੂਠ ਨਹੀਂ ਮਾਰ ਰਹੇ ਅਸੀਂ। ਨਹੀਂ, ਇੱਥੇ ਤੁਸੀਂ ਲਿਖਿਆ ਆ, ਦੇਖੋ ਜਿੰਨੇ ਵੀ ਇੱਥੇ ਖੜ੍ਹੇ ਆ, ਚਾਹੇ ਮੈਂ ਖੜ੍ਹਾ ਆ, ਬੱਚੀ ਖੜ੍ਹੀ ਆ, ਸਾਰੇ ਤਾਂ ਕਹਿਣਗੇ ਅਸੀਂ ਸਮਝਦਾਰ ਤਾਂ ਸਾਰੇ ਹਾਂ, ਹੁੰਦੇ ਵੀ ਸਾਰੇ ਹੈਗੇ ਸਮਝਦਾਰ, ਪਰ ਜਿਹੜੇ ਪੜ੍ਹੇ ਲਿਖੇ ਵਾਲੀ ਗੱਲ ਕਰ ਦਿੱਤੀ, ਤੁਹਾਡੇ ਕੋਲ ਕੀ ਸਬੂਤ ਹੈ? ਤੁਸੀਂ ਪੜ੍ਹੇ ਹੋ, ਕੀ ਸਬੂਤ ਹੈ ਤੁਹਾਡੇ ਕੋਲ? ਸਬੂਤ ਸਰਟੀਫਿਕੇਟ ਹੋਣਗੇ, ਹੋਰ ਕੀ ਹੋ ਸਕਦਾ ਸਾਡੇ ਕੋਲ ਪੜ੍ਹਨ ਦਾ? ਫਿਰ ਇੱਕ ਗੱਲ ਸੁਣ ਲਓ, ਜੇ ਤਾਂ ਤੁਹਾਡੇ ਘਰ ਸਰਟੀਫਿਕੇਟ ਪਏ ਆ, ਮੈਂ ਇਹਨਾਂ ਨੂੰ ਨਾਲ ਲੈ ਜਾਣਾ ਆ, ਤਾਂ ਦਿਖਾਓ ਸਰਟੀਫਿਕੇਟ ਕਿਹੜੇ ਆ? ਅਸੀਂ ਤਾਂ ਆਪਾਂ ਨਾਲ ਲੈ ਕੇ ਤੁਰੇ ਹੋਏ ਆ, ਕੋਈ ਓਬਜੈਕਸ਼ਨ ਨਾ ਸਾਡੇ ਘਰੇ, ਤੁਸੀਂ ਪੜ੍ਹੇ ਵੀ ਹੈ ਕਿ ਨਹੀਂ ਪੜ੍ਹੇ ਤੁਸੀਂ? ਦਿਖਾਓ ਫਿਰ, ਕੀ ਮੈਨੂੰ ਕੀ ਪਤਾ ਝੂਠ ਬੋਲਦੇ ਕਿ ਸੱਚ ਬੋਲਦੇ ਆ? ਕਿਉਂ
ਪੜ੍ਹੇ ਲਿਖੇ ਲਿਖੀ ਜਾਂਦੇ ਆ ਹੁੰਦੇ ਅੰਗੂਠਾ ਛਾਪ ਆ। ਨਹੀਂ ਜੇ ਤੁਸੀਂ ਇੱਥੇ ਖਰੇ ਨਿਕਲਦੇ ਆ ਤੁਸੀਂ ਸੱਚ ਬੋਲਦੇ ਆ ਵੀ ਤੁਸੀਂ ਪੜ੍ਹੇ ਹੋ ਆ ਚਿੱਠੀ ਲਿਖਾਣੀ ਹੋ ਗਿਆ। ਮੰਨ ਲਓ ਪਿੰਡ ਵਾਲੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਆ, ਇਹ ਤਾਂ ਵੋਟਰਾਂ ਦੇ ਹੱਥ ਆ ਕਿਹਨੂੰ ਵੋਟ ਪਾਣੀ। ਕਈ ਵਾਰ ਏਦਾਂ ਹੁੰਦੀ ਆ ਆ ਜਿੰਨੇ ਤੁਹਾਡੇ ਨਾਲ ਤੁਰੇ ਹੋ ਆ ਨਾ, ਇਹ ਕਈ ਪਿੰਡਾਂ 'ਚ ਏਦਾਂ ਵੀ ਹੁੰਦੀ ਉਹਨਾਂ ਵਿੱਚ ਨਾਲ ਤੁਰ ਪੈਂਦੇ ਆ, ਵੋਟ ਆਪਣੀ ਮਰਜ਼ੀ ਦੀ ਪਾਉਂਦੇ ਆ। ਨਹੀਂ ਆਪਾਂ ਸਾਂਝੇ ਉਮੀਦਵਾਰ ਆ, ਸਾਰੇ ਮਤਲਬ ਕਾਮਯਾਬ ਕਰਨਗੇ ਸਾਨੂੰ, ਹਨਾ ਉਮੀਦ ਤਾਂ ਪੂਰੀ ਹੈਗੀ ਆ। ਪਰ ਇੱਕ ਗੱਲ ਆ, ਮੈਂ ਕਹਿੰਦਾ ਬਿਨਾਂ ਕਿਸੇ ਡਰ ਤੋਂ ਹਰ ਜਗ੍ਹਾ ਘੁੰਮਦੇ ਫਿਰਦੇ ਆ। ਅੱਛਾ ਇੱਕ ਤੁਹਾਡੇ ਤੇ ਇਲਜ਼ਾਮ ਆ ਬਹੁਤ ਵੱਡਾ। ਨਹੀਂ ਦੇਖੋ ਮੈਂ ਪਹਿਲਾਂ ਕਹਿਤਾ ਜਦੋਂ ਮੈਂ ਪੱਤਰਕਾਰੀ ਕਰਦਾ ਮੇਰਾ ਕੋਈ ਨਹੀਂ ਹੈਗਾ, ਮੈਂ ਪੱਤਰਕਾਰ ਆ, ਮੇਰੇ ਸਾਹਮਣੇ ਜਿਹੜਾ ਬੈਠਾ ਉਹ ਸਰਪੰਚ ਆ ਜਾਂ ਪੰਚ ਆ। ਤੁਹਾਡੇ ਤੇ ਇਲਜ਼ਾਮ ਹੈ, ਪਿੰਡ ਵਿੱਚ ਰਹੇ ਨਹੀਂ, ਤੁਹਾਨੂੰ ਕੀ ਪਤਾ ਪਿੰਡ ਦਾ ਕੀ ਕਰੂੰਗੇ। ਨੌਕਰੀ ਤਾਂ ਦੇਖੋ ਕੋਈ ਵੀ ਕਿਤੇ ਕਰ ਸਕਦਾ। ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਈ ਤਾਂ ਇਲਜ਼ਾਮ ਆ ਤੁਹਾਡੇ ਤੇ, ਤੁਸੀਂ ਤਾਂ ਪਿੰਡ ਦੇ ਹੀ ਹੈ ਨੀਗੇ। ਸਾਰੇ ਸੱਚ ਗੱਲ ਬੋਲਿਓ ਸਾਰੇ। ਹੁਣ ਹੁੰਦਾ ਕੀ ਆ, ਲੇਡੀਜ਼ ਜਿਹੜੀ ਆ ਸਰਪੰਚ ਵੀ ਬਣ ਜਾਂਦੀ, ਪੰਚ ਵੀ ਬਣ ਜਾਂਦੀ ਆ, ਪਰ ਹੁੰਦਾ ਕੀ ਆ, ਲੇਡੀਜ਼ ਤਾਂ ਆਪਣੇ ਘਰ ਦੇ ਕੰਮਾਂ ਕਾਰਾਂ 'ਚ ਰਹਿ ਜਾਂਦੀ ਆ, ਸਰਪੰਚੀ ਪੰਚੀ ਉਹਨਾਂ ਦੇ ਘਰ ਵਾਲੇ ਕਰਦੇ ਆ। ਤੁਸੀਂ ਦੱਸੋ ਕਿ ਤੁਸੀਂ ਲੋਕਾਂ ਦੇ ਨਾਲ ਕੰਮ ਕਰੋਗੇ? ਨਹੀਂ ਕਰਾਂਗੇ, ਸਾਨੂੰ ਜਿੱਦਾਂ ਨਾ ਪਹਿਲਾਂ ਹੀ ਸ਼ੌਕ ਸੀਗਾ ਸਮਾਜ ਸੇਵਾ ਕਰਨ ਦਾ। ਅੱਛਾ, ਅਸੀਂ ਜਿੱਥੇ ਰਹਿੰਦੇ ਸੀਗੇ ਅਸੀਂ ਉੱਥੇ ਵੀ ਆਏ ਕੰਮ ਕਰਦੇ ਸੀ। ਕਿਤੇ ਇੱਦਾਂ ਨਾ ਹੋਵੇ, ਮੰਨ ਲਓ ਕਹਿੰਦਾ ਮੈਨੂੰ ਨਹੀਂ ਪਤਾ ਕਿਵੇਂ ਬਣਨਾ, ਹਾਂਜੀ ਤੁਹਾਨੂੰ ਬਣਾ ਦਿੰਦੇ ਆ, ਹਾਂਜੀ ਤਾਂ ਤੁਹਾਡੇ ਹਸਬੈਂਡ ਆਪਣੀ ਸਰਪੰਚੀ ਕਰਦੇ ਰਹਿਣ, ਤੁਸੀਂ ਕਰ ਜਾਓਗੇ ਲੋਕਾਂ ਨਾਲ? ਜਾਵਾਂਗੇ ਨਾਲ, ਬਰਾਬਰ ਖੜੇ ਹੋਵਾਂਗੇ, ਹਾਂਜੀ। ਅੱਛਾ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ, ਵਾਅਦਾ ਕੀ ਤੁਹਾਡਾ? ਆਈ ਕਹਿੰਦੇ ਵੀ ਸੱਚਾਈ ਤੇ ਤੁਰੋ, ਨਾਲੇ ਘਰ ਜੀ ਪਿੰਡ ਦੀ ਸੇਵਾ ਆ, ਜਿਹੜੇ ਕੰਮ ਹੈਗੇ ਪਿੰਡ ਦੇ ਉਹ ਕਰਨੇ ਚਾਹੀਦੇ ਆ, ਜੋ ਵੀ ਰਹਿੰਦੇ ਆ, ਹਨਾ ਰਹਿੰਦੇ ਆ, ਹਾਂਜੀ, ਜੇ ਲੇਡੀਜ਼ ਬੀਬੀਆਂ ਉਹਨਾਂ ਵਾਸਤੇ ਕੰਮ ਖੁੱਲਣਾ ਚਾਹੀਦਾ ਪਿੰਡ ਦੇ ਵਿੱਚ, ਕੰਮ ਖੁੱਲਣਾ ਚਾਹੀਦਾ, ਹਨਾ ਜਦ ਹਸਪਤਾਲ ਆਪਣਾ ਡਾਕਟਰ ਉੱਥੇ ਹੁੰਦੇ ਨੇ ਉਹ ਆਉਣੇ ਚਾਹੀਦੇ ਆ ਰੈਗੂਲਰ। ਸਾਡੇ ਪਿੰਡ ਇੱਕ ਹੋਰ ਵੀ ਸਮੱਸਿਆ ਆ, ਹਾਂਜੀ, ਪਾਣੀ ਦੀ ਨਿਕਾਸੀ ਨਹੀਂ ਹੈ, ਨਿਕਾਸੀ ਉਹ ਵੀ ਕਰਾਂਗੇ, ਜਿੱਦਾਂ ਮਹੱਲੇ ਦੇ ਨੇ ਛੱਪੜਾਂ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਦਾ ਆ, ਇੱਧਰ ਵੀ ਤਾਂ ਧਿਆਨ ਦੇਵਾਂਗੇ, ਹਾਂਜੀ। ਇੱਕ ਗੱਲ ਸੁਣੋ, ਮੰਨ ਲਓ ਤੁਸੀਂ ਸਰਪੰਚ ਬਣ ਗਏ, ਤੁਹਾਡੀ ਪੰਚਾਇਤ ਬਣ ਗਈ, ਤੁਹਾਡੇ ਵਿਰੋਧ ਵਿੱਚ ਵੀ ਤਾਂ ਖੜੇ ਹੀ ਆ, ਖੜੇ ਆ ਨਾ ਭੈਣ ਜੀ, ਇੱਦਾਂ ਤਾਂ ਨਹੀਂ ਹੋਊਗੀ ਕਿ ਵਿਰੋਧੀਆਂ ਦਾ ਕੰਮ ਹੀ ਨਹੀਂ ਕਰੂੰਗੇ? ਨਹੀਂ ਇੱਦਾਂ ਨਹੀਂ ਹੁੰਦੀ ਆ, ਪਿੰਡ ਤਾਂ ਆਪਣਾ ਹੀ ਆ ਸਾਰਾ। ਮਤਲਬ ਆ ਕਿ ਜਦੋਂ ਪੰਚਾਇਤ ਬਣ ਗਈ ਉਹ ਸਾਂਝੀ ਬਣ ਗਈ ਤੇ ਕੰਮ ਸਾਰਿਆਂ ਦੇ ਕਰੂੰਗੇ? ਹਾਂਜੀ, ਕੰਮ ਸਾਰਿਆਂ ਦੇ ਕਰੂੰਗੇ, ਸਾਰਿਆਂ ਦੇ ਕਰੂੰਗੇ। ਤੁਹਾਡੇ ਵਿੱਚੋਂ ਕੋਈ ਹੋਰ ਕੋਈ ਗੱਲ ਕਰਨਾ ਚਾਹੇ, ਕੋਈ ਕਰਨਾ ਚਾਹੇ, ਗੱਲ ਰੱਖਣਾ ਚਾਹੇ? ਦੇਖੋ ਜੀ, ਨਵਾਂਸ਼ਹਿਰ ਦਬਾਬਾ ਯੂਟਿਊਬ ਚੈਨਲ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਤ, ਤੁਸੀਂ ਸਾਰੇ ਵੈਸੇ ਜਾਣਦੇ ਹੀ ਆ, ਇੱਕ ਮੇਰਾ ਹੀ ਚੈਨਲ ਐਸਾ ਆ ਜਿਹੜਾ ਹਰ ਪਿੰਡ ਵਿੱਚ ਗਿਆ, ਹਰ ਇਨਫੋਰਮੇਸ਼ਨ ਦਿੰਦਾ ਆ ਪਹਿਲੇ ਦਿਨ ਤੋਂ ਲੈ ਕੇ ਵੋਟਾਂ ਦੀ ਹੁਣ ਤੱਕ। ਅਸੀਂ ਜਦੋਂ ਕਵਰੇਜ ਕਰਦੇ ਹਾਂ ਸਾਡਾ ਕੋਈ ਮਕਸਦ ਨਹੀਂ ਹੁੰਦਾ, ਕੋਈ ਮਤਲਬ ਨਹੀਂ ਹੁੰਦਾ ਕਿ ਇਹ ਸਾਹਮਣੇ ਵਾਲਾ ਕੌਣ ਹੈਗਾ। ਇੱਕ ਤੁਹਾਡੇ ਮੈਂ ਹੋਰ ਗੱਲ ਕਰ ਦਿੰਦਾ, ਅਸੀਂ ਪਹਿਲਾਂ ਕਿਸੇ ਨੂੰ ਸਵਾਲ ਦੱਸਦੇ ਨਹੀਂ ਵੀ ਸਵਾਲ ਕੀ ਕਰਨਾ ਅਤੇ ਤੁਸੀਂ ਜਵਾਬ ਕੀ ਦੇਣਾ, ਇਹ ਉਹਨਾਂ 'ਤੇ ਨਿਰਭਰ ਕਰਦਾ ਆ। ਬਾਕੀ ਦੂਜੀ ਗੱਲ ਜਿਹੜੀ ਰਹਿ ਗਈ ਆ, ਕੋਈ ਵੀ ਪਿੰਡ ਚਾਹੇ ਗਰਚਾ ਹੀ ਕਿਉਂ ਨਾ ਹੋਵੇ, ਇਹਨਾਂ ਦੀ ਕੋਈ ਸਪੈਸ਼ਲ ਕਵਰੇਜ ਨਹੀਂ ਕੀਤੀ ਗਈ, ਕਿਉਂਕਿ ਤੁਸੀਂ ਪਹਿਲਾਂ ਬਹਾਦਰਪੁਰ ਦੇਖਿਆ, ਔੜ ਦੇਖਿਆ, ਕਈ ਪਿੰਡ ਦੇਖੇ ਆ, ਭਾਲਟਾ ਦੇਖਿਆ, ਜਿਹੜੇ ਸਾਨੂੰ ਫੋਨ ਕਰਕੇ ਬੁਲਾਉਂਦੇ ਆ, ਮੈਂ ਕਹਿ ਦਿੰਦਾ ਸਾਨੂੰ ਫੋਨ ਕਰਕੇ ਬੁਲਾਉਂਗੇ
तो असी जिहड़ी आ कवरेज उन्हां दी जाके करांगे, ना कि असी जदों कवरेज करन जांदे आ आप मतलब आ कि अगले दे मुताबक करदे आ कवर। कोई भी मैनू बुला सकदा, कोई भी मेरे तो कवरेज करा सकदा, किसी भी पार्टी का कर सकदा, जे कोई इन्हां दे विरोध दे विच खड़ा वह भी कवरेज करा सकदे आ नवा। और जिहड़े इन्हां ने गलबात इत्थे कीती आ उहदे नाल जरूरी नहीं कि मैं सहमत होवां, ये इन्हां दे निजी विचार आ, क्योंकि चैनल का प्रोटोकॉल आ। ये हुण विश्वास करना ना करना वह वोटर के उपर असी छड्डदे आ। इन्हां वल्लों वादा जरूर कर दिता आ। नवा शरद बाबा यूट्यूब चैनल तो कैंथ गरचा की विशेष रिपोर्ट। पंजाब की पुरानी ते भरोसेमंद ढिल्लों इंटरनेशनल कोरियर सर्विस रेलवे रोड नवा शहर, विदेश नूं पार्सल डाकूमेंट्स कपड़े ते होर घरेलू समान भेजन दे लई संपर्क करो। फोन नंबर 87250 11620 ते फोन करो। घट खर्चा, फास्ट सर्विस।